जी 5 लाख की रकम जी लुट इन्होंने की हले रिकवरी नहीं हुई है कहना कहने मुताबिक इन्होंने पैसे खर्च ले। टोटल 6 एक्यूज्ड है जी, 4 असी अरेस्ट कर ले, 2 हले होर। लुधियाना लाइव देखने वाले तमाम दर्शकों का स्वागत है, मैं विशाल कपूर। गल की होगी लुधियाना शहर के क्राइम ग्राफ को घटाने की, तो लुधियाना शहर के क्राइम ग्राफ घटता जरूर नजर आ रहा, पुलिस मुस्तैद नज़र आ रही, पुलिस लगातार जोड़े है अपराधियों जो गिरफ्तार करती पी है। लेकिन तुम्हें याद होगा कि एक कोरीयर सर्विस के कोरीयर का दफ्तर से 5 लाख रुपये की लुट होती है, लुट जी की जाती है, उस तो बाद जो 5 लाख रुपये लैके लुटेरे जो रफू चक्कर हो जाते हैं। लेकिन पुलिस ने अपने मुख पर खास तो जी सूचना मिलती है वो आधार के उत्ते नाकाबंदी की होती, नाकाबंदी दौरान जो आरोपियों जो गिरफ्तार कर लिया जाता है। लेकिन तुम्हें आ दस दवा कि यह गड्डी है जिस गड्डी दे विच उस लुटेरे सीगे जो जिहड़े लुट खोह दी वारदात नूं अंजाम दित्ता सी, उह मोटरसाइकिल है, मोटरसाइकिल भी तुसीं देख सकते हो विदाउट नंबर प्लेट मोटरसाइकिल सीगा जिहदे कोई भी नंबर नहीं लगे हुए ने। लेकिन अगे नंबर नहीं है, तुहानूं पिछली तस्वीर दिखा दी, इत्थे पिछे एक नंबर है, नंबर तुसीं पिछली साइड ते जिहड़ा पिछली साइड ते एक नंबर देख सकते हो, तुहानूं नंबर दिखाया जा रहा आखिर उह नंबर है। तो उस तो बाद जिहड़ा SHO ने जिहड़ा कमाणीदार चाकू जिहड़ा दिखाया सीगा दाज जिहड़ी दिखाई सी उह भी बरामद कर लीती है। थाणा SHO नाल भी गलबात करदे आ, आखिर ਕਿਹੜਾ ਮੁਕਬਰ ਖਾਸ ਨੇ ਜਿਹੜੀ ਸੂਚਨਾ ਦਿੱਤੀ ਸੀਗੀ? ਜੇ ਤੁਹਾਨੂੰ ਦੱਸ ਦਈਏ 7 ਤਰੀਕ ਦੀ ਜਿਹੜੀ ਵਾਰਦਾਤ ਸੀਗੀ ਜਿਸ ਦੇ ਉੱਤੇ 5 ਲੱਖ ਰੁਪਏ ਦੀ ਜਿਹੜੀ ਲੁੱਟ ਹੁੰਦੀ ਹੈ, ਉਸ ਤੋਂ ਬਾਅਦ ਉਹ ਬੜੇ ਹੀ ਖੂਬੀ ਤਰੀਕੇ ਦੇ ਨਾਲ ਥਾਣਾ ਸਲੇਮ ਟਾਵਰੀ ਦੇ SHO ਵੱਲੋਂ ਸੁਲਝਾ ਦਿੱਤੀ ਜਾਂਦੀ ਹੈ। ਥਾਣਾ SHO ਸਲੇਮ ਟਾਵਰੀ ਸਾਡੇ ਨਾਲ ਮੌਜੂਦ ਹੈ, ਰਮਨਦੀਪ ਜੀ ਗੱਲਬਾਤ ਕਰ। ਰਮਨ ਜੀ, 7 ਤਰੀਕ ਦਾ ਮਾਮਲਾ ਹੁੰਦਾ ਲੇਕਿਨ ਅੱਜ ਦੀ ਤਰੀਕ ਦੀ ਗੱਲ ਕੀਤੀ ਹੋਵੇ 28 ਤਰੀਕ ਹੋ ਗਈ ਹੈ, ਲੇਕਿਨ ਇੰਨੀ ਦੇ ਲੁਟੇਰੇ ਰਹੇ ਕਿੱਥੇ? ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ, ਹਲੇ ਚੈੱਕ ਕਰ ਰਹੇ ਹਾਂ ਜੀ ਵੀ ਕਿੱਥੇ ਕਿੱਥੇ ਰਹੇ ਨੇ, ਅਤੇ ਜੋ ਜੋ ਇਹਨਾਂ ਨੇ ਕੀਤਾ ਹੈ ਕੋਈ ਹੋਰ ਵਾਰਦਾਤ ਕੀਤੀ ਉਹ ਵੀ ਇਨਵੈਸਟੀਗੇਟ ਕਰਾਂਗੇ, ਇਹਦਾ ਪੁੱਛਗਿੱਛ ਕਰਾਂਗੇ। ਲੇਕਿਨ 5 ਲੱਖ ਰੁਪਏ ਜੋ ਲੁੱਟ ਕੀਤੀ ਜਾਂਦੀ ਉਹ 5 ਲੱਖ ਰੁਪਏ 'ਚੋਂ ਕਿੰਨੀ ਕੁ ਰਕਮ ਜਿਹੜੀ ਹੈ ਬਰਾਮਦ ਹੋ ਚੁੱਕੀ ਹੈ, ਲੇਕਿਨ ਕਿੰਨੀ ਕੁ ਰਕਮ ਇਹਨਾਂ ਨੇ ਇਰਦ ਗੁਰਦ ਕਰਤੀ ਹੈ? ਜਿਹੜੀ 5 ਲੱਖ ਦੀ ਰਕਮ ਜਿਹੜੀ ਲੁੱਟ ਇਹਨਾਂ ਨੇ ਕੀਤੀ ਸੀ ਉਹਦੇ ਵਿੱਚ ਹਲੇ ਰਿਕਵਰੀ ਨਹੀਂ ਹੋਈ ਹੈ, ਕਹਿੰਦੇ ਕਹਿਣ ਮੁਤਾਬਕ ਇਹਨਾਂ ਨੇ ਉਹ ਪੈਸੇ ਖਰਚ ਲਏ ਆ, ਬਾਕੀ ਇਹਨਾਂ ਦੀ ਡਿਟੇਲ ਬਣਾ ਰਹੇ ਹਾਂ ਜੀ ਵੀ ਹਾਂ ਕਿੱਥੇ ਇਹਨਾਂ ਨੇ ਖਰਚੇ ਆ, ਕੀ ਕੀਤਾ ਹੈਗਾ, ਉਹ ਜਿੱਦਾਂ ਦੀ ਗੱਲ ਹੋਏਗੀ ਤੁਹਾਨੂੰ ਆਊਟਪੁੱਟ ਸ਼ੇਅਰ ਕੀਤੀ ਜਾਵੇ। ਜੇ ਤਾਂ ਗੱਲ ਕੀਤੀ ਜਾਵੇ ਤਾਂ 4 ਜਿਹੜੇ ਤਾਂ 4 ਰੋਪ 4 ਅਕਿਊਜ਼ ਨੇ, ਟੋਟਲ 6 ਅਕਿਊਜ਼ਡ ਹੈ ਜੀ, 4 ਅਸੀਂ ਅਰੈਸਟ ਕਰ ਲਿਆ, 2 ਹਲੇ ਹੋਰ ਚੱਲ ਰਹੇ। ਗੱਲ ਕੀਤੀ ਜਾਵੇ ਤਾਂ ਸਰ ਇਹਨਾਂ ਨੂੰ ਫੜਿਆ ਕਿੱਦਾਂ ਗਿਆ, ਕਿ ਇਸ ਤਰ੍ਹਾਂ ਮੁਖਬਰ ਖਾਸ ਦੇ ਵੱਲੋਂ ਸੂਚਨਾ ਆਈ ਸੀਗੀ, ਕਿਸ ਤਰ੍ਹਾਂ ਦੀ ਕਿੱਥੋਂ ਦੀ ਆ ਰਹੀ ਸੀਗੀ? ਇਹ ਜਿਹੜੀ ਮੁਖਬਰ ਖਾਸ ਵੱਲੋਂ ਸਾਨੂੰ ਆਈ ਸੀਗੀ ਉਹ ਤੋਂ ਪਹਿਲਾਂ ਅਸੀਂ ਨੋਮੀਨੇਟ ਕਰ ਲਏ ਸੀਗੇ, ਮੁਖਬਰ ਖਾਸ ਨੇ ਤਲਾਹ ਦਿੱਤੀ ਸੀ ਵੀ ਕਾਰਾਬਾਰਾ ਸਾਈਡ ਤੋਂ ਇਹ ਆ ਰਹੇ ਆ, ਜਿੱਥੇ ਨਾਕਾਬੰਦੀ ਕੀਤੀ ਗਈ ਸੀਗੀ ਸਾਡੀ ਪੁਲਿਸ ਪਾਰਟੀ ਵੱਲੋਂ, ਅਤੇ ਹੋਂਡਾ ਕਾਰ ਦੇ ਵਿੱਚ ਇਹ ਸੀਗੇ ਜਿਨ੍ਹਾਂ ਨੂੰ ਇਹਨਾਂ ਰੋਕ ਕੇ ਅਤੇ ਚੈੱਕ ਕੀਤਾ ਗਿਆ ਅਤੇ ਇਹਨਾਂ ਨੂੰ ਅਰੈਸਟ ਕੀਤਾ। ਲੇਕਿਨ ਸਪਲੈਂਡਰ ਮੋਟਰਸਾਈਕਲ ਹੈ ਵਿਦਆਊਟ ਨੰਬਰ ਪਲੇਟ ਹੈ, ਉਹ ਕਿੱਦਾਂ ਫਿਰ ਨਿਸ਼ਾਨਦੇਹੀ 'ਤੇ ਮਿਲਿਆ ਸਰ? ਜਿਹੜਾ ਸਪਲੈਂਡਰ ਮੋਟਰਸਾਈਕਲ ਹੈਗਾ ਉਹ ਆਕਾਸ਼ ਦਾ ਹੈਗਾ, ਉਹਨੂੰ ਬਾਅਦ 'ਚ ਅਸੀਂ ਪੁੱਛਗਿੱਛ ਕੀਤੀ ਸੀਗੀ ਵਾਰਦਾਤ ਕਿੱਦਾਂ ਹੋਈ ਆ, ਜਦੋਂ ਪਾਰਟ ਆਫ ਇਨਵੈਸਟੀਗੇਸ਼ਨ ਆਇਆ ਉਹ ਤੁਸੀਂ ਰਿਕਵਰ ਕੀਤਾ। ਲੇਕਿਨ ਸਰ ਇਹਨਾਂ ਨੇ ਜੋ ਜਿੱਥੇ ਜਿੱਥੇ ਪਨਾਹ ਲਿੱਤੀ ਸੀਗੀ, ਇਹਨਾਂ ਨੇ ਪਨਾਹ ਕਿਤੇ ਕਿਤੇ ਲਿੱਤੀ, ਹਜੇ ਤੱਕ ਕੋਈ ਇਨਵੈਸਟੀਗੇਸ਼ਨ ਦੇ ਆਇਆ ਸਾਹਮਣੇ? ਹਾਲੇ ਅਸੀਂ ਉਸ ਐਂਗਲ 'ਤੇ ਇਨਵੈਸਟੀਗੇਟ ਕਰ ਰਹੇ ਹਾਂ ਜੀ। ਜੀ, ਇਹਨਾਂ ਕੋਲ ਹਥਿਆਰ ਕਿਹੜੇ ਕਿਹੜੇ ਬਰਾਮਦ ਹੋਏ ਸਰ? ਇੱਕ ਦਾਤਰ ਬਰਾਮਦ ਹੋਇਆ ਜੀ। ਦਾਤਰ ਬਰਾਮਦ ਹੋਇਆ ਜਦੋਂ ਉਸ ਕੰਪਨੀ 'ਚ ਕੋਰੀਅਰ ਕੰਪਨੀ 'ਚ ਗਏ ਸੀਗੇ, ਅਤੇ ਦਾਤਰ ਦੇ ਨਾਲ ਹੀ ਇਹਨਾਂ ਨੇ ਪੈਸੇ ਜਿਹੜੇ ਉੱਥੋਂ ਦੀ ਲਿੱਤੇ ਸੀਗੇ, ਲੁੱਟ ਕੀਤੇ ਜੀ। ਇਹਨਾਂ ਦੇ ਕੋਲ ਦਾਤਰ ਸੀਗੇ, ਤਲਵਾਰ ਸੀਗੀ ਇੱਕ, ਅਤੇ ਦਾਤਰ ਬਰਾਮਦ ਹੋ ਗਿਆ, ਬਾਕੀ ਹੋਰ ਕਰ ਰਹੇ ਹਾਂ ਜੀ। ਕੀ ਅਫੈਂਸ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸਰ? 379B ਦੇ। 379B ਦੇ ਤਹਿਤ ਅਤੇ ਅੰਡਰ ਪਾਰਟ ਇਨਵੈਸਟੀਗੇਸ਼ਨ ਦਾ ਹੈਗਾ ਸਰ, ਕਾਰ ਦੇ ਜਿਹੜੀ ਕੋਰ ਹੋਂਡਾ ਸਿਟੀ ਜਿਹੜੀ ਗੱਡੀ ਹੈਗੀ ਆ, ਇਹਦੇ ਵਿੱਚ ਜੋ ਨੰਬਰ ਲੱਗੇ ਹੋਏ ਨੇ ਜੈਨੂਅਨ ਨੇ? ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ, ਹਲੇ ਇਹਨਾਂ ਨੂੰ ਇਨਵੈਸਟੀਗੇਟ ਕਰਾਂਗੇ, ਕੰਸਰਨ ਅਥਾਰਟੀਜ਼ ਤੋਂ ਪਤਾ ਕਰਾਂਗੇ ਜੀ। ਅਤੇ ਹੋਰ ਕੋਈ ਮੁਕੱਦਮੇ ਦਰਜ ਤਾਂ ਨਹੀਂ ਹੈਗੇ ਸਰ ਇਹਨਾਂ 'ਤੇ? ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਪ੍ਰਿੰਸ ਹੈ ਉਹਦੇ ਉੱਪਰ ਪਹਿਲਾਂ ਵੀ ਮੁਕੱਦਮੇ ਦਰਜ ਹੈ ਜੀ। ਕਿਸ ਕਿਸ? NDPS 'ਤੇ ਹੈ ਜੀ, ਟਿੱਬੇ ਥਾਣੇ। ਟਿੱਬੇ ਥਾਣੇ ਹੈ ਜੀ, ਪ੍ਰਿੰਸ ਦੇ ਉੱਤੇ। ਇਹ ਰਹਿਣ ਕਿੱਥੇ ਵਾਲੇ ਨੇ? ਇਹ ਸੁਭਾਸ਼ ਨਗਰ ਦੇ ਰਹਿਣ ਵਾਲੇ ਜੀ। ਸੁਭਾਸ਼ ਨਗਰ ਦੇ ਰਹਿਣ ਵਾਲੇ ਨੇ। ਕਿੱਥੇ ਮਤਲਬ ਗੱਲ ਆ ਜਾਂਦੀ ਸਰ ਕਿ ਮਤਲਬ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣੇ ਜਾ ਰਹੇ ਸੀਗੇ ਕਿ ਮਤਲਬ ਆਪਣੇ ਪਰਪਸ ਕੰਮ ਲਈ ਜਾ ਰਹੇ ਸੀਗੇ? ਹਾਲੇ ਜੀ ਇਹਨਾਂ ਨੂੰ ਇਨਵੈਸਟੀਗੇਟ ਕਰ ਰਹੇ ਨੇ, ਰਿਮਾਂਡ ਲਿਆ ਹੋਇਆ, ਅਤੇ ਉਹ ਵੀ ਪੁੱਛਗਿੱਛ ਕਰਾਂਗੇ ਸੀ ਸਾਰੀ। ਜੀ ਬਿਲਕੁਲ, ਥਾਣਾ ਸਲੇਮ ਟਾਵਰੀ ਅਤੇ ਰਮਨਦੀਪ SHO ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਨੇ ਬਖੂਬੀ ਜਿਹੜਾ ਹੈਗਾ ਵਾ ਇੱਕ ਵਾਰਦਾਤ ਹੁੰਦੀ 7 ਤਰੀਕ ਨੂੰ ਕੋਰੀਅਰ ਕੰਪਨੀ ਦੇ ਵਿੱਚੋਂ 5 ਲੱਖ ਰੁਪਏ ਲੁੱਟ ਕਿੱਤ ਕੇ ਚੋਰ ਜਿਹੜੇ ਨੇ ਰਫੂ ਚੱਕਰ ਹੋ ਜਾਂਦੇ ਨੇ। ਲੇਕਿਨ ਪੁਲਿਸ ਦੀ ਬਖੂਬੀ ਅਤੇ ਤਾਰੀਫ ਵੀ ਕਰਨੀ ਪਊਗੀ, ਲਗਾਤਾਰ ਜਿਹੜੀ ਹੈ ਪੁਲਿਸ ਨੇ ਲੱਗਾ ਟੀਮਾਂ ਗਠਨ ਕਰ ਲਈਆਂ ਸੀ, ਅਤੇ ਉਸ ਤੋਂ ਬਾਅਦ ਨਾਕਾਬੰਦੀ ਕੀਤੀ, ਮੁਖਬਰ ਖਾਸ ਵੱਲੋਂ ਸੂਚਨਾ ਆਉਂਦੀ ਹੈ, ਅਤੇ ਪੁਲਿਸ ਜਿਹੜੀ ਹੈ ਥਾਣਾ ਸਲੇਮ ਟਾਵਰੀ ਪੁਲਿਸ ਜਿਹੜੀ ਹੈ SHO ਰਮਨਦੀਪ ਨੇ ਉਹਨਾਂ ਵੱਲੋਂ ਜਿਹੜਾ ਮੁਕੱਦਮਾ ਜਲਦੀ ਸੋਲਵ ਕਰ ਲਿਆ ਜਾਂਦਾ, ਅਤੇ 4 ਜਿਹੜੇ 6 ਦੋਸ਼ੀ ਨੇ ਜਿਨ੍ਹਾਂ 'ਚੋਂ 4 ਨੂੰ ਜਿਹੜਾ ਅਰੈਸਟ ਕਰ ਲਿਆ ਗਿਆ, ਬਾਕੀ ਤਫਤੀਸ਼ ਜਾਰੀ ਹੈ, ਤਫਤੀਸ਼ ਦੇ ਵਿੱਚ ਬਾਕੀ ਜਿਹੜੇ 2 ਅਕਿਊਜ਼ ਹੈਗੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ। ਜਿਸ ਤਰ੍ਹਾਂ ਅਸੀਂ ਥਾਣਾ SHO ਦੇ ਨਾਲ ਰਮਨਦੀਪ ਦੇ ਨਾਲ ਗੱਲਬਾਤ ਕੀਤੀ ਤਾਂ ਥਾਣਾ ਸਲੇਮ ਟਾਵਰੀ ਦੇ SHO ਦਾ ਕਹਿਣਾ ਸੀਗਾ ਕਿ 6 ਅਕਿਊਜ਼ ਸੀਗੇ, 6 ਦੇ ਵਿੱਚੋਂ 4 ਅਕਿਊਜ਼ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ, ਬਾਕੀ ਤਫਤੀਸ਼ ਦਾ ਹਿੱਸਾ ਰਹੇਗਾ, ਤਫਤੀਸ਼ ਦੇ ਵਿੱਚ ਜੋ ਜਿਹੜੇ ਬਾਕੀ 2 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ। ਲੇਕਿਨ ਗੱਲ ਕੀਤੀ ਹੈ 5 ਲੱਖ ਰਕਮ ਦੀ, ਤਾਂ 5 ਲੱਖ ਰਕਮ ਦੇ ਵਿੱਚੋਂ ਜਿੱਦਾਂ ਥਾਣਾ ਰਮਨਦੀਪ ਦਾ SHO ਦਾ ਕਹਿਣਾ ਸੀਗਾ ਸਲੇਮ ਟਾਵਰੀ ਦਾ ਕਿ 5 ਲੱਖ ਅਜੇ ਤੱਕ ਬਰਾਮਦ ਨਹੀਂ ਹੋਇਆ, ਲੇਕਿਨ ਉਹ ਵੀ ਜਲਦ ਬਰਾਮਦ ਕਰ ਲਿਆ ਜਾਊਗਾ। ਲੁਧਿਆਣਾ ਤੋਂ ਸੰਜੇ ਸੇਤੀਆ ਹਾਨੀ ਦੇ ਨਾਲ, ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।